ਹੋ ਹੋ ਆਮਣ ਨੂੰ ਲੈ ਨਾਈ ਸੀਗੀ ਪਰ ਪਹਿਲਾਂ ਉਹਦੀ ਬੇਬੇ ਆ ਕੇ ਮੱਥਾ ਟੇਕਣਾ ਪਾਊਗਾ ਖੋੜੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰਦੀ ਆ ਕਹੇ ਕਹੇ ਉਹ ਜੇ ਮੂੰਹ ਬਣਾਉਂਦੀ ਆ ਪਹਿਲਾਂ ਤਾਂ ਥਾਣੇ ਦਾੜ ਨਹੀਂ ਮੇਰੇ ਕੋਲ ਤਫਸੀਲ ਕਰੂਗੀ ਵਾਹ ਔਰ ਅੱਬਾ ਇਸ ਕੁ ਲਈ ਕਿੰਨੇ ਕਿੰਨੇ ਇਮਤਿਹਾਨ ਦੇਣੇ ਪੈਂਦੇ ਆ ਚੱਲ ਕੋਈ ਨਹੀਂ ਆਮਣ ਲਈ ਆ ਵੀ ਸਹੀ ਵਾਹ ਜੀ ਵਾਹ ਇੱਕ ਤਾਂ ਮੌਸਮ ਸੁਹਾਣਾ ਤੇ ਉਤੋਂ ਬੁਆਸੀ ਨੇ ਸਾਗ ਦੜੇ ਬੁਆਸੀ ਤੂੰ ਤਾਂ ਬੇਬੇ ਨੂੰ ਕਹਿੰਦੀ ਸੀ ਕਿ ਤੂੰ ਦਾਲ ਬਣਾਉਣੀ ਆ ਜੇ ਮੈਂ ਨਾ ਆਂਦੀ ਤੇਰੇ ਹੱਥ ਦਾ ਸਾਗ ਕਿੱਦਾਂ ਖਾਂਦੀ ਨਹੀਂ ਫੈਸ਼ਨਾ ਪਟੀਏ ਮੈਂ ਤੁਹਾਡੇ ਬਿਨਾਂ ਵੀ ਕਦੀ ਕੁਝ ਐ ਖਾਦੀ ਆ ਕਿੱਦਾਂ ਪਟਕ ਪਟਕ ਬੋਲਨੀ ਆ ਨਹੀਂ ਆਮਰੀ ਸਾਗ ਨਾ ਲਿਆਂਦਾ ਤੇ ਮੈਂ ਤਦਾਦੀ ਤਰਨ ਲੱਗੀ ਸੀ ਮੈਂ ਕੁਝ ਪਾ ਕੇ ਤੁਹਾਡ ਕੋ ਖਾਣੀ ਸ਼ੈ ਕੋਈ ਨਹੀਂ ਨਦੀਦੀਏ ਹੁਣ ਆ ਗਈਏ ਤੇ ਖਾ ਕੇ ਜਾਵੀਂ ਸਾਗ ਮੈਂ ਤੇ ਨਾਲ ਮੱਖਣ ਵੀ ਪਾ ਦਵਾਂਗੀ ਵਿੱਚ ਮਾਸੀ ਗਾਲ ਤੇਰ ਕੋ ਪੁੱਛਿਆ ਸੀਗਾ ਮੱਖਣ ਦਾ ਪਰ ਤੂੰ ਕਿਹਾ ਕਿ ਸਾਡੀ ਮੱਜਾ ਸੋਣਾ ਲਿਆ ਹਾ ਹੋਨ ਅਰਸ਼ਾ ਤੋਂ ਆ ਗਿਆ ਮੱਖਣ ਚਲ ਕੋਈ ਨਾ ਮਾਸੀ ਮੈਂ ਤਾਂ ਹੁਣ ਸਾਗ ਖਾ ਕੇ ਜਾਉਂਗੀ ਤਾਂ ਬਾਪੂ ਤੇ ਬੇਬੇ ਲਈ ਵੀ ਲੈ ਕੇ ਜਾਉਂਗੀ ਆ ਆਮੜੀ ਨਜ਼ਰ ਆਉਂਦਿਆ ਨੀ ਪਹਿਲਾਂ ਤੂੰ ਮੈਨੂੰ ਇਹ ਦੱਸ ਤੂੰ ਮੇਰੇ ਤੇ ਕਿੱਥੇ ਥਾਣੇਦਾਰ ਨਹੀਂ ਲੱਗ ਗਈ ਐ ਨੀ ਮੀ ਦੋ ਮੈਨੂੰ ਦੇਣ ਆਈ ਸੀ ਮੱਖਣ ਉਹਦੀ ਮੱਝ ਸੁਈ ਆ ਨੀ ਨਦੀਦੀਏ ਕਿੰਨੀ ਵਾਰੀ ਤੇ ਟੋਰਿਆ ਮੱਖਣ ਤੇ ਲੱਸੀ ਮਾ ਤੁਹਾਡੇ ਘਰ ਨੀ ਹੁਣ ਨਜ਼ਰੀ ਪੈ ਗਿਆ ਹੁਣ ਕਿਰਾ ਹজম ਹੋਣਾ ਵਾ ਖਾ ਕੇ ਜਾਵੀ ਹੁਣ ਤੂੰ ਆਮਰੀ ਵੀ ਅੰਦਰ ਹੀ ਹੋਣਾ ਵਾ ਨਾਲੇ ਕੁੜੀਏ ਬੇਬੇ ਬਾਪੂ ਜੋਗਾ ਕੋਈ ਨਹੀਂ ਹਾ ਹੁਣ ਇੱਥੇ ਖਾ ਜਾ ਹਾਏ ਹਾਏ ਮਾਸੀ ਮੈਂ ਕਾ ਤੂੰ ਨਜ਼ਰਾਂ ਲਾਣੀਆਂ ਤੇ ਸਾਗ ਨੂੰ ਮਾਸੀ ਤੂੰ ਤਾਂ ਮੈਨੂੰ ਬਹਿਣ ਲਈ ਕਹਿਣਾ ਨਹੀਂ ਪਰ ਮੈਂ ਖਲੋਤੇ ਵਿੰਡੋ ਨਹੀਂ ਆਈ ਮੈਂ ਤਾਂ ਬਹਿਣ ਲੱਗੀਆਂ ਚੱਲ ਨਹੀਂ ਬਹਿ ਜਾ ਆਪਦੀ ਬੇਬੇ ਬਾਪੂ ਦਾ ਸੁਨਾ ਨੀ ਬਾਪੂ ਤੇਰਾ ਤੇ ਬੜਾ ਬਾਗਾ ਪਾੜਦਾ ਵਾ ਹੁਣ ਵੀ ਉਹਦੀ ਉਹ ਹੀ ਆਦਤ ਆ ਇੱਕ ਗੱਲ ਹੈ ਤੇਰੀ ਬੇਬੇ ਦਾ ਦਿਲ ਹੁਣ ਬੜਾ ਮਜ਼ਬੂਤ ਕਰ ਛੜਿਆ ਤੇਰੇ ਬਾਪੂ ਨੇ ਹਾਂ ਮਾਸੀ ਸਾਰੇ ਠੀਕ ਆ ਮੈਂ ਨਾ ਅਮਰ ਨੂੰ ਮੇਲਾ ਵਾਂ ਰੋਟੀ ਪਕੋਗੀ ਤੇ ਆ ਕੇ ਖਾ ਲੂੰਗੀ ਨੀ ਬਹਿ ਜਾਨੀ ਇੱਥੇ ਮੇਰੇ ਕੋਲ ਹੀ ਮਸਾ ਮਸਾ ਗਾਲਾਂ ਗੂਲਾਂ ਕੱਢ ਕੇ ਉਹਨੂੰ ਮੈਂ ਪੜਨੇ ਬਿਠਾਇਆ ਹੁਣ ਨੀ ਤੇਰਾ ਕੀ ਕੰਮ ਆ ਅਮਰ ਨਾਲ ਇਹ ਦੋ ਕ ਰੋਟੀਆਂ ਹੀ ਮੇਰੀਆਂ ਸੇਕ ਦੇ ਛੱਡ ਉਹਨੂੰ ਪਰਾਂ ਨੀ ਮਾਸੀ ਜੇ ਮੈਂ ਨਾਂ ਦੀ ਤਾਂ ਫਿਰ ਵੀ ਤੇ ਤੂੰ ਪਕਾਣੀਆਂ ਹੀ ਸੀ ਨਾ ਹੁਣ ਨਾਲੇ ਹੌਸਲਾ ਰੱਖ ਨਹੀਂ ਪਾਰਦੀ ਉਹਦੀ ਕਿਤਾਬਾਂ ਮੈਂ ਬਸ ਜ਼ਰੂਰੀ ਕੰਮ ਸੀਗਾ ਉਹਦੇ ਨਾਲ ਮੈਂ ਉਹਨੂੰ ਮਿਲ ਕੇ ਹੁਣੇ ਆਈ ਹਾਏ ਹਾਏ ਨਹੀਂ ਵੇਖਾ ਕਿੱਡੀ ਧੀਠ ਕੁੜੀ ਆ ਮੋੜਦੀ ਨਹੀਂ ਨਹੀਂ ਆ ਜਾ ਇਧਰ ਵਾਪਸ ਪਹਿਲਾਂ ਹੀ ਬੜਾ ਔਖਾ ਹੋ ਕੇ ਬਿਠਾਈ ਹਾਏ ਹਾਏ ਵੇਖਾ ਆਪਣੀ ਬੇਬੇ ਨਾਲ ਝੂਠ ਬੋਲ ਕੇ ਤੇ ਇੱਥੇ ਆ ਕੇ ਸੌਂਦੇ ਆ ਬਾਬੂ ਤੂੰ ਤਾਂ ਘਰ ਬੈਠਾ ਬੜਾਈਆ ਵੇ ਅਮਰ ਉੱਠ ਜਾ ਵੇ ਕਿ ਬੁਲਾਵਾ ਤੇਰੀ ਬੇਬੇ ਨੂੰ ਸੋਟਾ ਲੈ ਕੇ ਠਾਵੇ ਤੈਨੂੰ ਖੜ ਜਾ ਤੂੰ ਇਦਾਂ ਨਹੀਂ ਮੋੜਨਾ ਮਾਸੀ ਨਿਖੜ ਜਾ ਨਿਖੜ ਜਾ ਏਡੀ ਤੂੰ ਸਿਆਣੀ ਤੈਨੂੰ ਕੀ ਪਤਾ ਪੜਾਈਆਂ ਕੀ ਹੁੰਦੀਆਂ ਨੇ ਤੂੰ ਕਿਹੜਾ ਪੀ ਐਚ ਡੀ ਕੀਤੀ ਹੋਈ ਐ ਪੜਦਾ ਹੀ ਬਿਆ ਸੀ ਮਾੜੀ ਜੀ ਅੱਖ ਲੱਗ ਗਈ ਮੇਰੀ ਪਾਵਰ ਨੈਪ ਲੈਣਾ ਜ਼ਰੂਰੀ ਹੁੰਦਾ ਤੂੰ ਕਿਹੜਾ ਪੀ ਐਚ ਡੀ ਕੀਤੀ ਜਦੋਂ ਮੈਂ ਤੈਨੂੰ ਦੱਸਦਾ ਫੇਰਾ ਦੇਖਿਆ ਮੈਂ ਨਾ ਕਹਿੰਦੀ ਸੀ ਕਿ ਆਪਣੇ ਭਰਾਈਆਂ ਦਾ ਰੋਪ ਪਾਊਗਾ ਉਦਾਂ ਹੀ ਹੋਇਆ ਨਾ ਨਾਲੇ ਜੇ ਮੈਂ ਏਡੀ ਜਾਹਲ ਸੀਗੀ ਤੇ ਦਿਲ ਕੋ ਲਾਇਆ ਮੈਂ ਨਾ ਹਾਂ ਦਾ ਲੱਭ ਲੈਂਦਾ ਨਾ ਕੋਈ ਪੀ ਐਚ ਡੀ ਵਾਲੀ ਮੈਂ ਕਿਹਾ ਤੈਨੂੰ ਮਨਾ ਕੀਤਾ ਸੀਗਾ ਨਿਕੰਮਲੀਏ ਤੂੰ ਤਾਂ ਐਵੇਂ ਰੁਸ ਗਈ ਐ ਮੈਂ ਤੇ ਵੈਸੇ ਲੱਗਾ ਸੀ ਆ ਜਾ ਦੋ ਘੜੀਆਂ ਬਹਿ ਜਾ ਪਿਆਰ ਦੀਆਂ ਕੁਝ ਗੱਲਾਂ ਹੀ ਕਰ ਲਈਏ ਅੱਜ ਤਾਂ ਵੈਸੇ ਤੋਂ ਬੜੀ ਸੋਹਣੀ ਲੱਗਣੀ ਹੋਈ ਐ ਲਾਲ ਗੁਲਾਬ ਦਾ ਫੁੱਲ ਬਣੀ ਹੋਈ ਐ ਨਹੀਂ ਉਹਦਾ ਦੁਆ ਦੱਸ ਤੈਨੂੰ ਬੇਬੇ ਨੇ ਅੰਦਰ ਕਿਵੇਂ ਆਂ ਦਿੱਤਾ ਮੇਰੇ ਵੈਸੇ ਵੀ ਤਾਂ ਮੇਰਾ ਬਹੁਤ ਦਿਲ ਤੋੜਦਾ ਵਾ ਆ ਸਵਾਲ ਜੋ ਉਹਨਾਂ ਨੇ ਬੇਬੇ ਕੋਲ ਕਰ ਲਈ ਮੈਂ ਚੱਲੀ ਆ ਮੈਨੇ ਬੋਲ ਦੇ ਦੇਣਾ ਹਾਂ ਅਮਰੀ ਤੈਨੂੰ ਕਿੰਨੀਆਂ ਔਜਾ ਮਾਰੀਆਂ ਮੈਂ ਆਗੇ ਖਾਲਾ ਤੋਂ ਦਾ ਸਾਗ ਪਹਿਲੇ ਤੈਨੂੰ ਪਈ ਸੀ ਬੇਬੇ ਸਾਗ ਪਕਾਉਦੇ ਮੈਨੂੰ ਪਤਾ ਵੀ ਹੈਗਾ ਬੱਦਲ ਚੜਾ ਆਏ ਆ ਮਾਂ ਮੇਰੀ ਲੱਗੀ ਹੋਣੀ ਆ ਉਹ ਮਟਕਾ ਨੂੰ ਮੈਂ ਕਿਹਾ ਦੋ ਰੋਟੀਆਂ ਪਕਾ ਦੇ ਭੱਜਦੀ ਟੁੱਟ ਗਈ ਆ ਉਹ ਤੇ ਤੈਨੂੰ ਸ਼ਰਮ ਨਾ ਆਈ ਕਿਹੜੇ ਜ਼ਰੂਰੀ ਕੰਮ ਤੇ ਕਰਦਾ ਫਿਰਨਾ ਉਹਦੇ ਪੂਰੇ ਪਿੰਡ ਨੂੰ ਛੱਡ ਕੇ ਤੇਰ ਪਕਾਤੋਂ ਆਂਦੀ ਐ ਨਹੀਂ ਬੇਬੇ ਇੱਕ ਦਿਨ ਮੇਰਾ ਨਾਮ ਨਾ ਵਗੜਿਆ ਕਰ ਐਡਾ ਸੁਣਾ ਨਾਮ ਮੇਰਾ ਫੜ ਕੇ ਪਿੰਡ ਬਣਾ ਛੱਡਣੀ ਐ ਨਾਲੇ ਮੇਰ ਨਾਲ ਹੀ ਜ਼ਰੂਰੀ ਕੰਮ ਨੂੰ ਹੋ ਸਕਦਾ ਹੈ ਨਾ ਅਸੀਂ ਇੱਕ ਦੂਜੇ ਨਾਲ ਪਿਆਰ ਕਰਨੇ ਆ ਮਾਸੀ ਹੋਣਾ ਹੈ ਕਿ ਤੇ ਨਾਲ ਗੱਲ ਕਰਨ ਉਹ ਨਾਲ ਗੱਲ ਕਰ ਲਵੀਂ ਸਾਡੇ ਵਿਆਹ ਦੀ ਮੈਂ ਨਹੀਂ ਜੀ ਸਕਦਾ ਬਿੱਲੋ ਦੇ ਬਗੈਰ ਉਹ ਮੇਰੀ ਨਾ ਨਾ ਹੋਈ ਤੇ ਮੈਂ ਮਰ ਜਾਵਾਂਗਾ ਤੁਹਾਨੂੰ ਮੈਂ ਕਿਸੇ ਦਾ ਹੋਣ ਨਹੀਂ ਦੇਣਾ ਵੇ ਪੈ ਜਾਵੇ ਵੱਡਿਆ ਸ਼ੇਰੂਖਾਨਾ ਤੇ ਤੈਨੂੰ ਮੈਂ ਪੜਾਇਆ ਲਿਖਾਇਆ ਕਿ ਕੱਲ ਨੂੰ ਮੇਰਾ ਪੁੱਤ ਅਫਸਰ ਬਣੂਗਾ ਤੇ ਤੂੰ ਇੱਥੇ ਈਸ਼ਕਾਂ ਚ ਚੱਕਰਾਂ ਚ ਪੈ ਗਿਆ ਤੇ ਤੈਨੂੰ ਮਿਲੀ ਵੀ ਕਿਹੜੀ ਪੂਰੇ ਪਿੰਡ ਦੀ ਖੋਤੀ ਬਿੱਲ ਵੇਖੀ ਹੈ ਕਦੀ ਅਨਪੜ ਜਾਵੇ ਡੁੱਬ ਕੇ ਮਰ ਜਾ ਟੁੱਟ ਪੈਣਿਆ ਤੇਨੂੰ ਸ਼ਰਮ ਨਾ ਆਈਆਂ ਕਿਹ ਹਜ਼ਰ ਆਵੇ ਨੀ ਉਹਦੀ ਮੈਂ ਜੁੰਡੀ ਨਾ ਪੁੱਟ ਛੜੀ ਜਿਹੜੀ ਧੀ ਦਾ ਰਿਸ਼ਤਾ ਲੈ ਕੇ ਆਏਗੀ ਤੇ ਮੇਰਾ ਨਾਮ ਸੁਗਰਾ ਨਹੀਂਓ ਭੱਜ ਜਾ ਇੱਥੋਂ ਦੂਸਰੀ ਗੱਲ ਨਾ ਕਰੀ ਮੇਰੇ ਨਾਲ ਵੇਖਾਂ ਕਿਦਾਂ ਚਪਾਰ ਚੜਿਆ ਨਹੀਂ ਸੁਗਰਾ ਪੈਣਾ ਮੈਂ ਅੱਜ ਖਾਸ ਮਕਸਦ ਲਈ ਆਈਆਂ ਤੇਰੇ ਕੋਲੇ ਵੇ ਤੇਰਾ ਪੁੱਤਰ ਤੇ ਮੇਰੀ ਧੀ ਇੱਕ ਦੂਜੇ ਨੂੰ ਪਸੰਦ ਕਰਦੇ ਆ ਕੁਛ ਸੋਚੀਏ ਨਾ ਬਾਰੇ ਨਹੀਂ ਇੱਥੇ ਜਬਾਨ ਬੰਦ ਕਰ ਲੈ ਮੈਂ ਤੇਰੀ ਤੇ ਤੇਰੀ ਤੀ ਦੋਵਾਂ ਦੀ ਜੁੰਡੀ ਪੁੱਟ ਕੇ ਰੱਖ ਛੱਣੀ ਮੇਰੇ ਪੁੱਤਰ ਦੇ ਦੁਬਾਰ ਚ ਗੱਲ ਕੀਤੀ ਦੁਬਾਰਾ ਤੇ ਤੈਨੂੰ ਪਤਾ ਹੈ ਮੈਨੂੰ ਪੜ੍ਹਾਣ ਲਿਖਾਣ ਦੇਈਆਂ ਐਸ ਦੇ ਨਾਸਤੇ ਐਸ ਛਵੀ ਨੂੰ ਮੈਂ ਘਰ ਲਿਆਣਾ ਸੀ ਇੱਥੇ ਹੀ ਉਂ ਜਬਾਨ ਬੰਦ ਕਰਲਾ ਹੋਰ ਨਾ ਬੋਲੀ ਕਾਤੋਂ ਪੈ ਗਈ ਮੈਨੂੰ ਤੂੰ ਟੁੱਟ ਕੇ ਨਹੀਂ ਮੈਂ ਜਿ ਬਿੱਲੋ ਵਾਲੀ ਕੇ ਖਟਨੀ ਸੀ ਤੇ ਮੈਂ ਇਹਨੂੰ ਪੜਾਉਂਦੀ ਲਿਖਾਉਂਦੀ ਕਿਉਂ ਨਹੀਂ ਮੈਂ ਆਪਣੇ ਪੁੱਤ ਲਈ ਇੱਕ ਸ਼ਹਿਰੋਂ ਕੁੜੀ ਲਿਆਵਾਂਗੀ ਜੇ ਬਿੱਲੋ ਬੰਦ ਰੀ ਅਰਗੀਆਂ ਲਿਆਣੀਆਂ ਹੁੰਦੀਆਂ ਤੇ ਮੈਂ ਇਹਨੂੰ ਪੜ੍ਹਨੇ ਨਾ ਪਾਉਂਦੀ ਵੇਖਾ ਰਿਛ ਗਈ ਕਿਦਾਂ ਟੁੱਟ ਕੇ ਪੈ ਗਈ ਮੈਨੂੰ ਨੀ ਮੇਰੀ ਪੂਰੀ ਗੱਲ ਤਾਂ ਸੁਣ ਲੈ ਪਸੰਦ ਕਰਦਾ ਮੁੰਡਾ ਤੇਰਾ ਮੇਰੀ ਕੁੜੀ ਨੂੰ ਪੁੱਛ ਲੈ ਹਨੂ ਕੋਲੇ ਖਲੋਤਾ ਤੇਰੇ ਖੜ ਜਾ ਬੇਬੇ ਬ੍ਰੇਕ ਤੇ ਪੈਰ ਰੱਖ ਲੈ ਏ ਕੁੜੀ ਮਾਸੀ ਦੀ ਗੱਲ ਤਾਂ ਸੁਣ ਲੈ ਤੇ ਸ਼ਹਿਰੋਂ ਜਿਹੜੀ ਲਿਆਏਂ ਕੀ ਤੂੰ ਸਾਡੀ ਬੁੰਡੀਆਂ ਕੀ ਪੁਟਨੀਆਂ ਉਹਨੇ ਤੇਰੀ ਨਾਂ ਹ ਪੁੱਟੀ ਤੇ ਮੇਰਾ ਨਾਂ ਬਦਲਦੀ ਤੂੰ ਨੀ ਮੈਂ ਲਿਆਖ ਤੇਨੂੰ ਕਿਹਾ ਮੇਰਾ ਪੋਤੇ ਆ ਕਦੀ ਮਨਾ ਕਰ ਹੀ ਨਹੀਂ ਸਕਦੀ ਤੇ ਤੂੰ ਇੱਥੇ ਲੱਗੀ ਹੈ ਵਰਾਛਾ ਪਾੜ ਪਾੜ ਕੇ ਮੈਨੂੰ ਗੱਲਾਂ ਕਰਨ ਨਹੀਂ ਖੜ ਜਾ ਤੂੰ ਤੇਰੀਆਂ ਵਰਾਛਾਂ ਤੇ ਮੈਂ ચીਰ ਲੈਨੀ ਆ ਤੇ ਇਸ ਜਨਾਨੇ ਜੇ ਇਹਨੂੰ ਮੈਂ ਪੁੱਛ ਲੈਨੀ ਜਿਹੜਾ ਸ਼ਿਕਲਣਾਂਦਾ ਫਿਰਦਾ ਬਿੱਲੋ ਨਾਲ ਨਹੀਂ ਮੈਂ ਵੀ ਕਵਾਂ ਛੜੱਪੇ ਮਾਰਦੀ ਕਿਉਂ ਜਾਂਦੀ ਮੇਰੇ ਪੁੱਤ ਦੇ ਕਮਰੇ 'ਚ ਨੀਚੋ ਚੁੱਪ ਕਰ ਜਾ ਨਹੀਂ ਇਧਰੇ ਬੁਲਾਉਂਦਾ ਸੀਗਾ ਤੇ ਜਾਂਦੀ ਸੀਗੀ ਚੁੱਪ ਕਰ ਜਾ ਮੇਰਾ ਮੂੰਹ ਨਖ ਲਵਾਈ ਨੀਨਾ ਮੇਰੇ ਕਲੇਜੇ ਹੱਥ ਪਾ ਨਹੀਂ ਮੇਰਾ ਕਾਲਜਾ ਨਾ ਬਾਲ ਨੀ ਜੇ ਤੇਰੀਆਂ ਵੀ ਧੀਆਂ ਹੁੰਦੀਆਂ ਤੈਨੂੰ ਸਤੰਗ ਆਂਦੀ ਨੀ ਤੂੰ ਬੱਸ ਕਰ ਨੀ ਚੰਗਾ ਮੇਰੀਆਂ ਧੀਆਂ ਕੋਈ ਨਹੀਂ ਨੀ ਇਹੋ ਜੀਆਂ ਧੀਆਂ ਹੋਣ ਨਾ ਹੋਵਣ ਹੀ ਨਾ ਤੂੰ ਸਿੱਥ ਨਸ ਜਾ ਵੋ ਕੱਲਾ ਕੱਲਾ ਮੇਰੇ ਪੁੱਤਾਂ ਦੇਣੀ ਤੈਨੂੰ ਮਸਟੰਡੀਆਂ ਨੂੰ ਮੈਂ ਤੁਹਾਡੇ ਹੱਥ ਆਪਣੇ ਪੁੱਤਰ ਨੂੰ ਨੀ ਮੋੜ ਕੇ ਕਿਤੇ ਪੁੱਲ ਭਲੇਖੇ ਮੇਰਾ ਬੂਆ ਨਾ ਟੱਪ ਜਾਵੀ ਨੀ ਮੈਂ ਵੀ ਖੇਪ ਪਾਵਾਂ ਤੈਨੂੰ ਚੀਰਾ ਮੈਂ ਤੇ ਹੱਗੜ ਵੀ ਨਾ ਆਵਾਂ ਤੇਰੇ ਘਰ ਸਾंभ ਲੈ ਆਪਣੇ ਜਨਾਨੇ ਜੇਨੂ ਵੇਖਾਂਗੀ ਜਿਹੜੀ ਸ਼ਹਿਰਾਂ ਲਿਆਵੇਂਗੀ ਤੂੰ ਬੱਸ ਕਰ ਨੀ 마ਸੀ ਕਿੱਦਾਂ ਪਾਟਨ ਦੇਈਆਂ ਤੂੰ ਤਾਂ ਮੇਰੇ ਬਾਪੂ ਨੂੰ ਵੀ ਕੱਟ ਗਈ ਆ ਹੁਣ ਮੈਂ ਆਪਣੀ ਮਾਂ ਦੀ ਬੇਇੱਜ਼ਤੀ ਨਹੀਂ ਕਰਾਨੀ ਤੇ ਮਿਸਨੇ ਜੈ ਤੂੰ ਤੇਰੇ ਤੇ ਆਪਣੀ ਬੇਬੇ ਨੂੰ ਦੇ ਕੇ ਪੱਦ ਪੈਂਦੇ ਆ ਵੇ ਜਨਾਨਿਆਂ ਜਿਆ ਹੁਣ ਵੇਖ ਲਿਓ ਵੇਖ ਲਿਓ ਦਸ ਗੱਜ ਜ਼ੁਬਾਨ ਹੀ ਇਸ ਕੁੜੀ ਦੀ ਕਿੱਦਾਂ ਉੱਬੜ-ਉੱਬੜ ਕੇ ਕੁੱਤੀ ਵਾਂਗੂ ਪੈਂਦੀ ਬਈ ਮੈਨੂੰ ਵੇਖ ਲਿਆਈ ਨਾ ਹੁਣ ਤੂੰ ਵੇ ਨਹੀਂ ਬੇਇੱਜ਼ਤੀ ਤੇ ਬਾਅਦ ਵੀ ਤੈਨੂੰ ਹਿਆ ਨਹੀਂ ਆਂਦਾ ਕੱਢ ਇਹਨਾਂ ਨੂੰ ਬਾਹਰ ਕੱਢ ਨਾ ਕੁੱਤੀਆਂ ਨੂੰ ਬਾਹਰ ਮੈਂ ਕਹਿੰਦੇ ਇੱਥੇ ਇੱਥੇ ਚੁੱਪ ਕਰ ਜਾ ਨੀ ਤੇਰੇ ਸੰਗ ਚ ਮੈਂ ਹੱਥ ਪਾ ਕੇ ਤੇਰੀ ਜੀਬ ਬਾਹਰ ਕੱਢ ਲੈਣੀ ਆ ਨੀ ਕਰ ਜਾ ਦੀ ਚੁੱਪ ਕਰ ਜਾ ਚੁੱਪ ਹੋਣਾ ਮੈਨੂੰ ਕੁਛ ਕਹਿ ਵੀ ਕੁੱਤੀਏ ਕਮੀਨੀਏ ਬੰਦੇ ਖਾਣੀਏ ਖਾ ਗਈ ਬੰਦਾ ਆਪਣਾ ਨੀ ਤੇਰੀ ਇਹ ਜੀਬ ਵੇਕੇ ਮਰ ਗਿਆ ਖਾ ਗਈ ਉਹਨੂੰ ਤੂੰ ਚਲ ਅੱਛਾ ਅੱਛਾ ਬੇਬੇ ਬਸ ਕਰ ਹੋਣਾ ਤੂੰ ਬ੍ਰੇਕ ਡਪੈ ਤਾ ਲਾ ਤੂੰ ਤਾਂ ਪਹਚਾ ਲਿਆ ਹੀ ਪੂਰੇ ਘਰ ਵਿੱਚ ਅਸ਼ੋਧੀਆਂ ਤੈਨੂੰ ਕਹਿ ਕੇ ਦਿੱਤਾ ਵਸ ਜੇ ਤੂੰ ਇੱਡਾ ਗੁੱਸਾ ਕਰਨੀ ਪਈ ਉਹਨਾਂ ਨੂੰ ਹਾਂ ਜਾਂ ਨਾ ਜਵਾਬ ਦੇ ਦੇ ਟੁੱਟ ਕੇ ਕਾ ਤੂੰ ਪੈਣੀ ਪਈ ਉਹਨਾਂ ਨੂੰ ਵੇ ਚੁੱਪ ਕਰ ਜਾ ਵੇ ਟੁੱਟ ਪੈਣਿਆ ਵੇ ਚੁੱਪ ਕਰ ਜਾ ਬੰਦ ਪੈਣਿਆ ਵੇ ਤੈਨੂੰ ਤਵੀਰ ਪਾ ਕੇ ਨਾਲ ਗਾਲ ਛੱਡਿਆ ਐਵੇਂ ਬੰਗਾਲੀ ਬਾਬਿਆਂ ਕੋ ਨਹੀਂ ਸੀ ਜਾਂਦੀ ਫਿਰਦੀ ਏ ਵੇ ਪਿੰਡ ਵਾਲਿਓ ਮੇਰੀ ਪੁੱਤਨ ਖੋ ਲਿਆ ਇਨਾਂ ਨੇ ਵੇ ਖੋ ਲਿਆ ਮੇਰੇ ਪੁੱਤਰ ਨੂੰ ਇਨਾਂ ਨੇ ਤੂੰ ਆ ਪਾਗਲ ਹੋ ਗਈ ਕਿਦਾ ਪਾਟੀ ਜਾਂਦੀ ਮੰਜੀ ਤੇ ਬੈਠੀ ਪਰ ਕਾਲਾਂ ਦੇ ਪੈਰ ਆਪਣੇ ਡਗਾਉਣ ਲੱਗੀ ਸੀ ਮੈਨੂੰ ਨਹੀਂ ਪਰ ਹੋ ਯਾਰ ਨਹੀਂ ਬਿੱਲੋ ਟੋਰ ਮਿਰਦੀ ਚੱਲੀਏ ਚੱਲ ਮੇਰੀ ਧੀ ਖੇ ਪੇ ਜਿੱਤੇ ਤੇ ਪੁੱਤ ਤੇ ਦੋਵੇਂ ਵੇਖ ਜਨਾਨਾ ਜਿਆ ਤੂੰ ਬੋਲਿਆ ਇੱਕ ਦਫਾ ਵੀ ਤੇਰੇ ਆਸਤੇ ਸੁਣ ਲਾਨੀ ਤੂੰ ਆ ਤੋਂ ਮਰਨ ਜੀਰ ਖਤਮ ਹੋ ਮੇਰਾ ਤੇਰੇ ਨਾਲ ਨਹੀਂ ਜਾ ਨਹੀਂ ਜਾ ਨਹੀਂ ਤੂੰ ਮੈਨਾਂ ਕੀ ਜੀਨ ਮਰ ਖਤਮ ਕਰਨਾ ਐ ਮੈਂ ਇਤੇ ਨਾ ਕੀਤਾ ਮੈਂ ਤੇ ਤੇਰੀ ਮਰੀ ਦੀ ਸ਼ਕਲ ਵੀ ਨਹੀਂ ਵੇਖਣੀ ਨਾ ਤੂੰ ਮੇਰੀ ਵੇਖਣਾ ਵੀ ਓ ਬਿਲਦੁਲ ਉਮਾਸੀ ਉਮਾਸੀ ਰੁਕ ਜਾ ਬਿਲਦੁਲ ਤੂੰ ਉਮਾਸੀ ਨੂੰ ਸਮਝਾ ਹਾਂਜੀ ਵੀਵਰਸ ਤਾਂ ਕਿਦਾਂ ਨਹੀਂ ਲੱਗੀ ਤੁਹਾਨੂੰ ਅੱਜ ਸਾਡੀ ਵੀਡੀਓ ਜੇ ਚੰਗੀ ਲੱਗੀ ਤਾਂ ਹੁਣ ਤਾਂ ਲਾਇਕ ਬੰਦਦਾ ਵਾ ਜੇ ਤੁਸੀਂ ਲਾਇਕ ਤੇ ਸਬਸਕ੍ਰਾਈਬ ਨਾ ਕੀਤਾ ਤੇ ਮੈਂ ਦੂਜਾ ਪਾਰਟ ਕੋਈ ਨਹੀਂ ਲੈ ਕੇ ਆਉਣਾ